ਪਿੰਡਾਂ ਦੇ ਮੁੰਡੇ ਪਹਿਲੇ ਪਾੜੂ ਹੁੰਦੇ ਸਨ, ਹੁਣ ਮੋਬਾਇਲ ਪਾੜੂ ਨੇ, ਹਰ ਵੇਲੇ ਮੋਬਾਇਲ ਲੱਗੋ। ਅੱਲਾ ਜਾਂਦਾ ਉਹ ਟੱਚ ਕੱਸ ਗਏ ਨੇ, ਉਹ ਟੱਚ ਆਉਂਦਾ ਯਾ ਅੱਲਾ ਯਾ ਇਹਨੂੰ ਚੁੱਕ ਲਾ ਯਾ ਮੈਨੂੰ ਚੁੱਕ ਲਾ, ਟੱਚ ਕੱਸ ਕੇ ਆ ਆ ਭਾਈ ਅਮਰ ਬੱਚੇ ਪੜਾਉਂਦਾ, ਇਹਨੂੰ ਪੁੱਛਿਆ ਜੇ ਜੰਮਦੇ ਮੁੰਡਿਆਂ ਕੋਲ ਮੋਬਾਇਲ, ਇਹ ਕਲਾਸ 'ਚ ਡੱਕਣਗੇ ਵੀ ਫਿਰ ਚੋਰੀ ਲਏ ਹੋਣ। ਆ ਜਿੰਨੇ ਉਲਮਾ ਕਰਾਮ ਬੈਠੇ ਮੇਰੇ ਯਾਰ ਨੇ ਅੱਲਾ ਉਮਰ 'ਚ ਬਰਕਤ ਫਰਮਾਏ, ਮੈਂ ਇਹਨਾਂ ਨੂੰ ਪੁੱਛਿਆ ਜੇ ਮੋਬਾਇਲਾਂ ਨੇ ਘਰਾਂ ਦੇ ਕਾਰ ਟੱਬਰਾਂ ਦੇ ਟੱਬਰ ਮਾਰ ਦਿੱਤੇ ਨੇ। ਜਿੱਥੇ ਹੋਵੇ ਇੱਕ ਕਮਲਾ ਉਹਨੂੰ ਸਮਝਾਵੇ ਵਿਹੜਾ, ਜਿੱਥੇ ਹੋਵੇ ਵਿਹੜਾ ਕਮਲਾ ਉਹਨੂੰ ਸਮਝਾਵੇ ਕਿਹੜਾ, ਉਹਨੂੰ ਕੌਣ ਸਮਝਾਊ? ਜਿੱਥੇ ਘਰ ਸਮਝਾਉਣ ਵਾਲੇ ਕਮਲੇ ਹੋ ਜਾਣ, ਮਾਂ ਪਿਓ ਕੋਲ ਬਹਿ ਕੇ ਟੀ ਵੀ ਵਹਿੰਦਾ, ਹੁਣ ਤਾਂ ਮੁੰਡੇ ਮੰਜੀ ਉੱਥੇ ਡਾਉਂਦੇ ਜਿੱਥੇ ਸੁੱਚ ਲੱਗ ਗਿਆ ਹੋਵੇ, ਡਾਇਰੈਕਟ ਹੀ ਚਾਰਜਰ ਤੁੰਨਿਆ ਹੁੰਦਾ ਵਿੱਚ। ਸਹੀ ਗੱਲ ਅੱਲਾ ਜਾਂਦਾ ਪੁੱਛ ਲਓ, ਉੱਥੇ ਲੱਗ ਗਏ ਮੋਬਾਇਲ। ਪਿੰਡਾਂ ਦੇ ਮੁੰਡੇ ਫੇਲ ਹੋ ਗਏ, ਮੇਰੇ ਬੱਚੋ ਮੋਬਾਇਲ ਨਾ ਯੂਜ ਕਰੋ। ਔਰ ਜਿਵੇਂ ਜਿਵੇਂ ਇਹ ਮੋਬਾਇਲ ਮੁੰਡੇ ਰੱਖਦੇ ਨੇ ਫਿਰ ਸੁੱਕਦੇ ਜਾਂਦੇ, ਫਿਰ ਇਹਨਾਂ ਦੇ ਅੱਲਾ ਜਾਂਦਾ ਮੂੰਹ ਚੂਸੀ ਅੰਬੀ ਤਰ੍ਹਾਂ ਨਿਕਲਦੇ, ਫਿਰ ਸਿਰ ਅੱਲਾ ਜਾਂਦਾ ਖੋਤਾ ਕਟਿੰਗ ਕਰਾਉਂਦੇ ਨੇ, ਇੱਥੋਂ ਵੀ ਕਟਾ ਲਏ ਇੱਥੋਂ ਵੀ ਕਟਾ ਲਏ। ਅਤੇ ਵੀਰੋ ਫਿਰ ਬਾਅਦ ਦੇ ਵਿੱਚੋਂ ਮੈਂ ਸਾਨਾ ਕਹਿਣਾ ਚਾਹੁੰਦਾ, ਅੱਗੇ ਤਾਂ ਮੁੰਡੇ ਸੁੱਕੇ ਸੁੱਕੇ, ਅਤੇ ਇਹ ਜਦੋਂ ਸਿਰ ਕਟਾਉਂਦੇ ਉਦੋਂ ਮਾਂ ਪਿਓ ਨੂੰ ਪਤਾ ਨਹੀਂ ਕਿ ਮੇਰੇ ਪੈਸੇ ਹਲਾਲ ਦੇ ਅਤੇ ਕਿਸ ਤਰ੍ਹਾਂ ਦੀ ਕਟਿੰਗ ਕਰਾਏ। ਪਹਿਲੇ ਵਕਤਾਂ 'ਚ ਨਾ ਘੁਮਿਆਰ ਖੋਤੇ ਮੁੰਨਦੇ ਸੀ, ਸੱਚੀ ਗੱਲ ਇੰਝ ਮੁੰਨਦੇ ਸੀ, ਇੰਨੇ ਕੁ ਵਾਲ ਛੱਡਦੇ ਨੇ, ਇੰਨੇ ਕੁ ਰੱਖ ਲੈਣੇ, ਇੰਨੇ ਕੁ ਛੱਡਦੇ ਨੇ, ਇੰਨੇ ਕੁ ਰੱਖ। ਅਤੇ ਹੁਣ ਇਹ ਮੁੰਡੇ ਜਾ ਕੇ ਆਉਂਦੇ ਨੇ ਵੀ ਭਾਈ ਉਹ ਫਲਾਣੇ ਘੁਮਿਆਰ ਦੇ ਫਲਾਣੇ ਬੱਗੇ ਖੋਤੇ ਲੁੰਡੀ ਪੂਛਲਾ ਵਾਲੇ ਜਿੰਨਾ ਮੈਨੂੰ, ਸਹੀ ਗੱਲ ਉਂਝ ਮਨਾਉਂਦੇ ਔਰ ਸੱਚੀ ਗੱਲ ਨੇ। ਬੇਟਾ ਦਿੱਤਾ ਹਜ਼ਰਤ ਮੁਬਾਰਕ ਰਹਿਮਤੁੱਲਾ ਅਲੈਹ ਨੂੰ, ਉਹਨਾਂ ਦਾ ਨਾਂ ਸੀ ਅਬਦੁੱਲਾ ਬਿਨ ਮੁਬਾਰਕ। ਅਬਦੁੱਲਾ ਬਿਨ ਮੁਬਾਰਕ ਪੈਦਾ ਹੋਇਆ ਨਾ, ਸਾਡੇ ਤਾਂ ਜੰਮਦਿਆਂ ਦੇ ਹੱਥ 'ਚ ਹੀ ਮੋਬਾਇਲ ਆ ਗਏ ਨੇ ਨਾ। 3 ਸਾਲ ਦਾ ਬੱਚਾ ਮੋਬਾਇਲ ਚਲਾ ਰਿਹਾ, 2 ਸਾਲ ਦਾ ਮੋਬਾਇਲ ਚਲਾ ਰਿਹਾ, 2.5 ਸਾਲ ਦਾ ਮੋਬਾਇਲ, ਮਾਈ ਦਾਣੇ ਭੁੰਨੀ ਆਉਂਦੀ ਨਾਲੇ ਦਾਣੇ ਭੁੰਨੀ ਆਉਂਦੀ ਨਾਲੇ ਮੋਬਾਇਲ ਚਲਾਈ ਆਉਂਦੀ, ਖੋਤੀ ਰੇੜੀ ਚਲਾਈ ਜਾਂਦੀ ਨਾਲੇ ਦਾਣੇ ਮੋਬਾਇਲ ਚਲਾਈ ਜਾਂਦੇ, ਨਾਲੇ ਪੱਠੇ ਵੱਢੀ ਜਾਂਦੇ ਨੇ ਮੋਬਾਇਲ ਚਲਾਈ ਜਾਂਦੇ। ਹਰ ਪਾਸੇ ਮੋਬਾਇਲ, ਘਰਾਂ ਦੇ ਕਾਰ ਟੱਬਰਾਂ ਦੇ ਟੱਬਰ ਵਿਗੜ ਗਏ ਇਸ ਮੋਬਾਇਲ ਦੀ ਵਜ੍ਹਾ। ਅੱਗੇ ਮੈਂ ਪਿੰਡਾਂ ਦਾ ਅਫਸਰ ਸੁਣੀਦਾ ਸੀ, ਕੋਈ ਪਿੰਡਾਂ ਦਾ ਬੰਦਾ ਥਾਣੇਦਾਰ ਜਨਰਲ ਰਹੀਲ ਸ਼ਰੀਫ ਸਾਹਿਬ, ਅੱਲਾ ਪਾਕ ਉਹਨਾਂ ਨੂੰ ਸਿਹਤ ਵਾਲੀ ਜ਼ਿੰਦਗੀ ਦੇਵੇ। ਉਹਨਾਂ ਦੇ ਬਾਈ ਜਨਰਲ ਸ਼ਬੀਰ ਸ਼ਰੀਫ ਰਹਿਮਤੁੱਲਾ ਅਲੈਹ ਕੁਨਿਆਂ ਦੇ ਸਨ, ਜਨਰਲ ਰਹੀਲ ਸ਼ਰੀਫ ਸਾਹਿਬ ਕੁਨਿਆਂ ਦੇ, ਗੁਜਰਾਤ ਦੇ ਨਾਲ ਇੱਕ ਕਸਬਾ ਪਿੰਡ ਦੇ। ਵੀਰੋ ਜਨਰਲ ਬਾਜਵਾ ਸਾਹਿਬ ਇੱਕ ਪਿੰਡ ਦੇ, ਹੈਂ ਮੈਨੂੰ ਦੱਸੋ ਇੰਨੇ ਬੈਠੇ ਜੇ ਪੁੱਤਰ ਬੈਠ ਜਾ ਨੀਚੇ, ਸਦਰੇ ਪਾਕਿਸਤਾਨ ਸਦਰ ਅਯੂਬ ਖਾਂ ਫੀਲਡ ਮਾਰਸ਼ਲ, ਉਹ ਵੀ ਇੱਕ ਪਿੰਡ ਦੇ ਸਨ। ਵੀਰੋ ਮੈਂ ਕਿੰਨੇ ਅਫਸਰ ਗਿਣਾਵਾਂ ਤੁਹਾਨੂੰ ਜਿਹੜੇ ਪਿੰਡਾਂ ਦੇ ਨੇ, ਮੈਨੂੰ ਦੱਸੋ ਪਿੰਡਾਂ ਦੇ ਅਫਸਰ, ਕੋਈ ਕਰਨਲ, ਕੋਈ ਜਨਰਲ, ਮੇਜਰ ਤਫੈਲ ਸ਼ਹੀਦ ਬੂਰੇ ਵਾਲੇ ਦੇ ਇੱਕ ਪਿੰਡ ਦੇ ਸਨ, ਮੈਨੂੰ ਦੱਸੋ ਇਹ ਅਫਸਰ ਅਤੇ ਪਿੰਡਾਂ ਦੇ, ਅਤੇ ਹੁਣ ਕਿਉਂ ਨਹੀਂ ਪਿੰਡਾਂ ਦੇ ਮੁੰਡੇ ਬਣਦੇ? ਪਹਿਲੇ ਪਿੰਡਾਂ ਦੇ ਮੁੰਡੇ ਪੜ੍ਹਦੇ ਸੀ ਅਤੇ ਅਫਸਰ ਬਣਦੇ, ਹੁਣ ਪਿੰਡਾਂ ਦੇ ਮੁੰਡੇ ਰਾਤ ਦੇ 1 ਵਜੇ ਸੌਂਦੇ। ਪਹਿਲੇ ਲੋਕ ਸ਼ਾਮੋ ਸ਼ਾਮ ਸੌਂ ਜਾਂਦੇ ਸੀ ਪਿੰਡਾਂ ਦੇ ਲੋਕ, ਇਸ ਵੇਲੇ ਉਹਨਾਂ ਦੀ ਨੀਂਦ ਪੂਰੀ ਹੋ ਜਾਂਦੀ। ਹੁਣ ਹਰ ਪਿੰਡ 'ਚ ਮੈਂ ਤੁਹਾਨੂੰ ਚੈਲੰਜ ਨਾ ਕਹਿਣਾ, ਮੁੰਡੇ 12 ਵਜੇ ਤੋਂ ਪਹਿਲੇ ਸੌਂਦੇ ਹੀ ਨਹੀਂ, ਅੱਧਾ ਮੁੰਡਾ ਐਰਕੀ ਪਿੰਡਾਂ ਦਾ ਫੇਲ ਹੋ ਗਿਆ। ਆਹ ਜਿਹੜੇ ਘਰ 'ਚ ਕੁਆਰੀ ਧੀ ਕੋਲ ਮੋਬਾਇਲ ਆ ਜਾਏ ਨਾ, ਇਹ ਛੱਤ ਦਾ ਮਕਸਦ ਫੌਤ, ਇਹ ਖਿੜਕੀ ਦਾ ਮਕਸਦ ਫੌਤ, ਇਹ ਪਰਦੇ ਦਾ ਮਕਸਦ ਫੌਤ, ਇਹ ਬੂਹੇ ਦਾ ਮਕਸਦ ਫੌਤ, ਇੰਝ ਸਮਝੋ ਜਿਵੇਂ ਕੁਆਰੀ ਧੀ ਰੜੇ 'ਤੇ ਬੈਠੀ ਹੈ, ਕਿਉਂਕਿ ਕੰਧਾਂ ਕਰੀਦੀਆਂ ਨੇ ਧੀ 'ਤੇ ਝਾਤੀ ਨਾ ਪਵੇ, ਪਰਦੇ ਲਾਈਦੇ ਨੇ ਧੀ 'ਤੇ ਝਾਤੀ ਨਾ ਪਏ। ਜਿਹਦੇ ਕੋਲ ਟੱਚ ਮੋਬਾਇਲ ਆ ਗਿਆ, ਸਮਝੋ ਪੂਰੀ ਦੁਨੀਆ ਵੇਖ ਰਹੀ, ਉਹ ਲੋਕਾਂ ਨੂੰ ਵੇਖ ਰਹੀ, ਲੋਕ ਉਹਨੂੰ ਵੇਖ ਰਹੇ। ਸਾਡੇ ਇੱਥੇ ਜਨਾਬ ਜੀ ਜਿਹਦੀ ਮਰਜ਼ੀ ਮੂਲੀ ਪੁੱਟ ਲਿਆਉਂਦੇ, ਜਿਹਦਾ ਮਰਜ਼ੀ ਥੋਮ, ਜਿਹਦੇ ਮਰਜ਼ੀ ਗੰਡੇ, ਜਿਹਦੀ ਮਰਜ਼ੀ ਮੂੰਜੀ, ਜਿਹਦੀ ਮਰਜ਼ੀ ਕਣਕ ਪਾ ਲਿਆਉਂਦੇ, ਜਿਹਦੀ ਮਰਜ਼ੀ ਤੂੜੀ ਪਾ ਲਿਆਉਂਦੇ, ਜਿਹਦੇ ਮਰਜ਼ੀ ਪੱਠੇ ਵੜ ਲਿਆਉਂਦੇ। ਅੱਲਾ ਜਾਣਦਾ ਹੈ ਚੋਰੀ ਲੱਖ ਦੀ ਹੋਵੇ, ਚੋਰੀ ਕੱਖ ਦੀ ਹੋਵੇ, ਚੋਰੀ ਚੋਰੀ ਹੁੰਦੀ ਹੈ। ਪਿੰਡਾਂ ਦੇ ਲੋਕ ਤਾਂ ਆ ਚੂੜੀ ਨੂੰ ਸਮਝ ਨਹੀਂ, ਜਿਹਦਾ ਮਰਜ਼ੀ ਥੋਮ ਪੁੱਟ ਲਿਆ, ਜਿਹਦੇ ਮਰਜ਼ੀ ਗੰਢੇ ਪੁੱਟ ਲਏ, ਜਿਹਦਾ ਮਰਜ਼ੀ ਸਾਗ ਤੋੜ ਲਿਆ, ਇਹ ਤਾਂ ਚੋਰੀ ਨੂੰ ਚੋਰੀ ਸਮਝਦੇ ਨੇ। ਹਾਂ ਬੋਲੋ, ਇੰਝ ਹੁੰਦਾ ਕਿ ਨਹੀਂ? ਜਿਹਦੀ ਮਰਜ਼ੀ ਲਗੇ ਲਗੇ ਜਾਂਦੇ, ਕੋਈ ਗੋਂਗਲੂ ਪੁੱਟ ਕੇ ਖਾ ਰਿਹਾ ਹੁੰਦਾ, ਕੜੇ ਚਕੜੇ 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 ਚਕੜੇ, ਸਹੀ ਆ ਖਾਣ ਪੀਣ ਦੀ ਚੋਰੀ ਕਾਹਦੀ ਲੈ ਦੱਸ, ਹੈਂ ਕਿਉਂ? ਤਾਂ ਸਲੀਮ ਮਹਿੰਜੀ ਹੈ ਨਾ, ਖਾਣ ਪੀਣ ਦੀਆਂ ਦੇ ਚੋਰੀ ਕਾਹਦੀ? ਉਹ ਚੱਲਿਓ ਨਾ ਇੰਝ ਕਰੋ। ਮੱਕੇ ਗਿਆ, ਅੱਲਾ ਬਰਕਤ ਪਾਏ, ਕੋਈ ਤਾਂ ਮੌਲਵੀ ਦਾ ਮਹਿਤੀ ਬੈਠਾ ਹੀ ਹੈ। ਅੱਲਾ ਉਮਰ 'ਚ ਬਰਕਤ ਫਰਮਾਏ, ਕਾਰੋਬਾਰ 'ਚ ਬਰਕਤ ਫਰਮਾਏ, ਇਸ਼ਕੀਬ ਉਹਨਾਂ ਦਾ ਭਾਈ ਲੱਗਦਾ ਹੈ, ਅੱਲਾ ਬਰਕਤ ਪਾਏ। ਇਹ ਇਸ਼ਕੀਬ ਹੀ ਹੈ, ਮੇਲਾ ਮੈਂ ਸਿਆਣ 'ਤੇ ਲਿਆ ਹੀ ਨਾ। ਅੱਲਾ ਯਾਤੀਆਂ ਮਾਨੋ, ਜ਼ਰਾ ਬੜੀ ਵੱਡੀ ਗੱਲ, ਮੌਲਵੀ ਦਾ ਪੁੱਤਰ ਮੌਲਵੀ ਨੂੰ ਪੈਸੇ ਦੇਵੇ, ਇਹ ਵੀ ਕਿਆਮਤ ਦੀ ਨਿਸ਼ਾਨੀ ਹੈ।
ਮਿਸ਼ਕ ਅੱਜ ਵੀ ਮਿਸ਼ਕੀ ਵੇਖੇ ਨੇ ਕਈ ਬੰਦੇ ਬਜ਼ੁਰਗੋ ਪ੍ਰਾਪਤੀ ਡੀਲਰਾਂ ਨੂੰ ਕਹਿੰਦੇ ਨੇ ਜਿਹੜਾ ਭਰਾ ਫਸਿਆ ਹੋਵੇ ਉਹ ਦੱਸੀ ਮੈਂ ਲੈ ਲਾਂਗਾ। ਆ ਕਿਸੇ ਦਾ ਬੰਦਾ ਪਿੰਡ 'ਚ ਮਰ ਜਾਏ ਨਾ ਉਹਦਾ ਕਿੱਲਾ 25 ਲੱਖ ਦਾ ਤੇ ਆਉਂਦੇ ਨੇ 12 ਲੈਣੇ ਅਤੇ ਜੇ ਉਹ ਨਾ ਨਾ ਦੇਵੇ ਤੇ ਜਿਹੜਾ ਲੈਣ ਉਹ ਨਾ ਲਵੀਂ ਰੌਲੇ ਵਾਲਾ ਹੀ ਫਸ ਜਾਏਗਾ। ਇਹ ਜੇ ਮੁਸਲਮਾਨ ਹਾਏ ਹਾਏ ਦਿਲ ਕੇ ਪਪੋਲੇ ਜਲ ਉੱਠੇ ਸੀਨੇ ਕੇ ਦਾਗ ਸੇ ਇਸ ਘਰ ਕੋ ਅੱਗ ਲੱਗ ਗਈ ਘਰ ਕੇ ਚਿਰਾਗ ਸੇ ਜਿਨ ਪੱਤੋ ਪੇ ਤਕੀਆ ਥਾ ਵੋ ਪੱਤੇ ਹਵਾ ਦੇਣੇ ਲੱਗੇ ਜ਼ਬਾਨ ਸੇ ਕਹਿ ਵੀ ਦੀਆ ਲਾ ਇਲਾਹਾ ਤੋ ਕਿਆ ਹਾਸਲ ਦਿਲੋ ਨਿਕਾਹ ਮੁਸਲਮ ਨਹੀਂ ਤੋ ਕੁਛ ਵੀ ਨਹੀਂ। ਨਵੀ ਪਾਣੀ ਪਰਮਾਸੀ ਮੁਸਲਮਾਨ ਹੋਏ ਜਿਹਦੀ ਜ਼ਬਾਨ ਤੇ ਹੱਥ ਤੋਂ ਦੂਸਰਾ ਮੁਸਲਮਾਨ ਮਹਫੂਜ਼। ਇਹ ਕੁੰਡੀ ਬਾਰ ਬਾਰ ਕਿਹੜਾ ਖੋਲਦਾ ਮੁੰਡਾ ਉਹ ਤੈਨੂੰ ਇੱਥੇ ਇਸੇ ਕੰਮ ਲਈ ਖਿਲਾ ਰਿਹਾ ਹੈ ਇਹ ਤਫਾ ਜਾ ਬੈਠ ਜਾ ਨੀਚੇ ਤੂੰ ਅੰਦਰੋਂ ਖੋਲਦਾ ਕਿਉਂ ਆ ਬੈਠ ਜਾ ਨੀਚੇ। ਅੱਲਾ ਜਾਣਦਾ ਮੈਂ ਵੇਂਦਾ ਰਹਿਣਾ ਉਦੋਂ ਦੀ ਇਹ ਖਰੇ ਬਿਸ਼ਤੀ ਦਰਵਾਜ਼ਾ ਨਾ ਬੰਦ ਕਰਨਾ ਕਿ ਨਹੀਂ ਬੈਠ ਜਾ ਹੁਣ ਨੀਚੇ ਹੁਣ ਬਾਰ ਬਾਰ ਇੰਜ ਨਾ ਕਰ ਇੱਧਰ ਆ ਜਾਓ ਜਿਹੜੇ ਸਾਥੀਓ ਨਜ਼ਰ ਨਹੀਂ ਆਉਂਦਾ ਸਾਹਮਣੇ ਆ ਜਾਓ। ਅੱਜ ਕਿਤਨੇ ਮੁਸਲਮਾਨ ਨੇ ਜਿਹਦਾ ਮਕਾਨ ਵਿਕਦਾ ਹੋਵੇ ਨਾ ਨਾਲ ਦੇ ਦਾ ਅਤੇ ਨਾਲ ਦਾ ਕਵੇ ਮੈਨੂੰ ਦਿਓ ਨਹੀਂ ਦਿੰਦਾ ਹੀ ਅਤੇ ਉਹ ਜਾ ਕੇ ਅੱਖ ਸ਼ੁਫਾ ਕਰ ਦਿੰਦੇ ਹੋਰ ਕੋਈ ਨਹੀਂ ਰੱਖਣਗੇ ਦੇ ਜਿੰਨ ਭੂਤੀ ਉਹ 50 ਲੱਖ ਦਾ ਉਹ 25 ਦਾ ਰਹਿ ਜਾਂਦਾ ਸਹੀ ਗੱਲ ਇਹ ਮੁਸਲਮਾਨ ਨੇ। ਵਜ਼ਾ ਮੈਂ ਤੁਮ ਨਸਾਰਾ ਤਮੱਦਨ ਮੈਂ ਤੁਮ ਯਹੂਦ ਇਹ ਹੈ ਮੁਸਲਮਾਨ ਜਿਹਨੇ ਦੇਖ ਕੇ ਸ਼ਰਮਾਏ ਯਹੂਦੋ ਹਨੂ। ਅੱਜ ਮੁਸਲਮਾਨ ਦਾ ਕੀ ਹੈ ਸੱਚਾਈ ਛੁਪ ਨਹੀਂ ਸਕਤੀ ਬਨਾਵਟ ਕੇ ਅਸੂਲੋਂ ਸੇ ਖੁਸ਼ਬੂ ਆ ਨਹੀਂ ਸਕਤੀ ਕਭੀ ਕਾਗਜ਼ ਕੇ ਫੁੱਲੋਂ ਸੇ ਅਤੇ ਚਲਿਓ ਤੁਸੀਂ ਅਜੇ ਵੀ ਪਾਕਿਸਤਾਨ ਦੀਆਂ ਪੁੱਤਰ ਬੈਠ ਜਾ ਚਾਦਰ ਲਿਆ ਬੈਠ ਜਾ ਤੈਨੂੰ ਕੀ ਚਮੂਨੇ ਲੜੇ ਨੇ ਸਵੇਰੇ ਦਵਾਈ ਲਵੀਂ ਜਾ ਕੇ ਅਤੇ ਸਾਡੇ ਇੱਥੇ ਗਵਾਂਢੀ ਕਿਸ ਤਰ੍ਹਾਂ ਦੇ ਨੇ ਮੈਂ ਲਾਹੌਰੋਂ ਆਵਾਂ ਨਾ ਅਤੇ ਮੈਂ ਪੁੱਛਾਂ ਨਾ ਢੋਲਣ ਵੜਦਿਆਂ ਵੀ ਆਹ ਮਕਾਨ ਬੜਾ ਸੋਹਣਾ ਉਹ ਛੱਡੋ ਮਾਲੂ ਜੀ ਠੱਗੀ ਮਾਰ ਕੇ ਬਣਾਇਆ ਹੈ ਹੱਲਾ ਹੱਲਾ ਤਾਂ ਰੋਟੀ ਨਹੀਂ ਪੂਰੀ ਹੁੰਦੀ ਚੱਲਿਆ ਉਹਨੇ ਭਾਵੇਂ ਅੰਦਰ ਵੜ ਕੇ ਅੱਲਾ ਨਾਲ ਸੁਲਾਹ ਕਰ ਲਈ ਹੋਏ ਅਤੇ ਤੂੰ ਐਵੇਂ ਹਾਂਡੀ ਉਬਲੀ ਅਤੇ ਕੰਢੇ ਸਾੜ ਲੈ ਬੋਲੋ ਕੁੱਕੜ ਖੇਡ ਆਈ ਅਤੇ ਆਪਣੇ ਅੱਜ ਮੂੰਹ 'ਤੇ ਜੀ ਜੀ ਅਤੇ ਬਾਅਦ 'ਚੋਂ ਨੀ ਨਹੀਂ